ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਅਕਾਲੀ ਵਰਕਰਾਂ ਨੂੰ ਵੋਟਿੰਗ ਲਈ ਪ੍ਰੇਰਿਤ ਕਰਨ ਅਤੇ 30 ਮਾਰਚ ਨੂੰ ਮਜੀਠਾ ਹਲਕੇ ਵਿੱਚ ਹੋਣ ਵਾਲੀ ਰੈਲੀ ਲਈ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲਸ ਵਿੱਚ ਇੱਕ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਹੋਰ ਕਈ ਸੀਨੀਅਰ ਅਕਾਲੀ ਆਗੂ ਅਤੇ ਵਰਕਰ ਸ਼ਾਮਲ ਹੋਏ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਮਿਲਿਆ ਨੂੰ ਕਈ ਦਿਨ ਹੋ ਗਏ ਨੇ, ਪਰ ਉਹ ਹਾਲੇ ਤੱਕ ਗੁਰੂ ਨਗਰੀ ਨਹੀਂ ਪਹੁੰਚ ਸਕੇ ਨੇ। ਮਜੀਠੀਆ ਨੇ ਕਿਹਾ ਹੈ ਕਿ ਅਜਿਹੇ ਵਿੱਚ ਕਿ ਉਹ ਗੁਰੂ ਨਗਰੀ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਣਗੇ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਧੜੇਬੰਦੀ ਬਾਰੇ ਮਜੀਠੀਆ ਨੇ ਕਿਹਾ ਕਿ ਸਾਰੇ ਆਗੂ ਇੱਕ ਦੂਜੇ ਨੂੰ ਹਾਰਦੇ ਹੋਏ ਦੇਖਣਾ ਚਾਹੁੰਦੇ ਨੇ। ਤੁਸੀਂ ਇੱਕ ਗੱਲ ਮੈਨੂੰ ਦੱਸੋ, ਕਿਹੜਾ ਰਸਤਾ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਸਾਹਿਬ ਦਾ ਲਿਆ ਕਿ 8 ਦਿਨ ਹੋ ਗਏ ਉਹ ਇੱਥੇ ਪਹੁੰਚ ਨਹੀਂ ਸਕੇ? ਬੰਦੇ ਨੇ 7 ਸਮੁੰਦਰ ਪਾਰ ਵੀ ਜਾਣਾ ਹੋਵੇ ਨਾ, ਅਮਰੀਕਾ ਵੀ 3 ਦਿਨਾਂ 'ਚ ਹੱਥ ਲਾ ਕੇ ਬੰਦਾ ਮੁੜ ਆਉਂਦਾ। ਸੁਭਾਵਿਕ ਹੈ, ਜਿਹਦੀ ਹਲੇ ਸੋਚ ਹੈ 8 ਦਿਨ ਉਹਨੂੰ ਅੰਮ੍ਰਿਤਸਰ ਆਉਣ ਤੋਂ, ਹਲੇ ਇਲੈਕਸ਼ਨ ਹੋਈ ਨਹੀਂ, ਇਹ ਹਾਲਾਤ ਹੈ ਕਿ 8 ਦਿਨ ਇੱਥੇ ਆਉਣ 'ਤੇ ਲੱਗ ਜਾਣ ਅਤੇ ਮੁੜ ਕੇ ਉਹਨਾਂ ਨੇ ਕੀ ਕਰਨਾ? ਸਾਫ਼ ਸੰਕੇਤ, ਕੈਪਟਨ ਚਾਹੁੰਦਾ ਬਾਜਵੇ ਦਾ ਛੇਤੀ ਕੰਮ ਹੋ ਜੇ, ਬਾਜਵਾ ਚਾਹੁੰਦਾ ਕਿ ਛੇਤੀ ਕੈਪਟਨ ਦਾ ਕੰਮ ਹੋ ਜੇ, ਜਿਹੜੇ ਹੋਰ ਲੀਡਰ ਸੱਜੇ ਖੱਬੇ ਲਾਲ ਸਿੰਘ, ਬੀਬੀ ਭੱਠਲ, ਜਗਮੀਤ ਬਰਾੜ, ਇਹ ਚਾਹੁੰਦੇ ਦੋਵੇਂ ਹਰ ਜਾਣ ਅਤੇ ਫਿਰ ਕਿਸੇ ਦੀ ਵਾਰੀ ਆਵੇ। ਇਹ ਸੁਭਾਵਿਕ ਹੈ, ਇਨਡਿਸਿਪਲਿਨ ਪਾਰਟੀ ਹੈ ਜਿਹ 'ਚ ਇੰਨਾ ਰੌਲਾ, ਇੰਨਾ ਗੌਲਾ, ਇੱਕ ਦੂਜੇ ਨੂੰ ਮੰਨ ਕੇ ਰਾਜੀ ਨਹੀਂ। ਆਹ ਵੀ ਜਿਹੜੀਆਂ ਟਿਕਟਾਂ ਇਹਨਾਂ ਨੂੰ ਇੱਕ ਦੂਜੇ ਨੂੰ ਫਸਾ ਫਸਾਉਣ 'ਚ ਦਿੱਤੀਆਂ, ਨਹੀਂ ਤਾਂ ਹੁਣ ਰਿਕਾਰਡ ਹੈ ਕਿ ਅਸੀਂ ਲੜਨਾ, ਬਾਜਵਾ ਵੀ ਹੁਣ ਰਿਕਾਰਡ ਹੈ, ਮੈਂ ਨਹੀਂ ਲੜਨਾ ਚਾਹੁੰਦਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।